ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਦੀਦਾਰ ਸਿੰਘ ਮੋਦਲ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਮੇਨ ਗੁਰਦੁਆਰਾ ਸਾਹਿਬ ਪਿੰਡ ਮੋਦਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਦੀਦਾਰ ਸਿੰਘ ਮੋਦਲ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਬਿਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਆਂ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਅੱਜ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਆਪ ਜੀ ਦੇ ਬੱਚੇ ਆਗਿਆਕਾਰੀ ਹਨ, ਮਿੱਠ ਬੋਲੇ ਸੁਭਾਅ ਦੇ ਮਾਲਕ ਹਨ ਅਤੇ ਸਭਨਾਂ ਲਈ ਸੱਚੀ ਹਮਦਰਦੀ ਰੱਖਣ ਵਾਲੇ ਇਨਸਾਨ ਹਨ। ਉਹਨਾਂ ਦੀ ਇਮਾਨਦਾਰੀ,
ਉਹਨਾਂ ਦੇ ਵਿੱਚ ਦਰਦਾਰ ਸਿੰਘ ਨੇ ਕੁੱਟ-ਕੁੱਟ ਕੇ ਭਰ ਦਿੱਤੀ ਅਤੇ ਉਹਨਾਂ ਦਾ ਮੇਲ ਮਿਲਾਪ ਮਹਾਨ ਸ਼ਖਸੀਅਤ ਸਰਗਵਾਸੀ ਊਧਮ ਸਿੰਘ ਨਾਗੋਕੇ, ਮੋਹਨ ਸਿੰਘ ਨਾਗੋਕੇ, ਦਰਸ਼ਨ ਸਿੰਘ ਜੀ ਬਿਰਮਾਨ, ਪਹਿਲੇ ਡਿਫੈਂਸ ਮਿਨਿਸਟਰ ਬਲਦੇਵ ਸਿੰਘ ਜੀ, ਪਹਿਲੇ ਗਵਰਨਰ ਜਨਰਲ ਰਾਜਪਾਲ ਚਾਰੀਆ, ਪਾਰਲੀਮੈਂਟ ਦੇ ਡਿਪਟੀ ਸਪੀਕਰ ਦਿਆਲ ਸਿੰਘ ਜੀ ਢਿੱਲੋਂ, ਸਵਰਗੀ ਮੱਠ ਤਾਰਾ ਸਿੰਘ ਜੀ ਅਤੇ ਸ੍ਰੀ ਆਦਾ ਜੀ ਭਾਟੀਆ, ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਜੀ ਕੈਰੋਂ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਹੁਤ ਹੀ ਨੇੜੇ ਹੋ ਕੇ ਮਿਲਣ ਦਾ ਮੌਕਾ ਮਿਲਿਆ। ਸੋ ਉਹਨਾਂ ਨੇ ਪੰਚਾਇਤ ਸੰਮਤੀ ਵੇਰਕਾ 1916 ਤੋਂ ਲੈ ਕੇ 2000 ਤੱਕ ਮੈਂਬਰ ਰਹੇ, 3 ਸਾਲ ਸਵਰਗੀ ਮਨਿਸਟਰ ਦਾ ਗੁਰਮੇਜ ਸਿੰਘ ਜੀ ਮਨਿਸਟਰ ਦੇ ਸਰਕਾਰ ਵਿੱਚ ਨੋਮੀਨੀ ਵੀ ਰਹੇ, ਸਰਦਾਰ ਸਤੂਲ ਸਿੰਘ ਜੀ ਐਕਸ ਮਨਿਸਟਰ ਉਹਨਾਂ ਦੇ ਨਾਲ ਮੈਂਬਰ ਰਹੇ, ਦੀ ਸਟੇਟ ਪੰਜਾਬ ਕੋਆਪਰੇਟਿਵ ਬੈਂਕ ਐਗਰੀਕਲਚਰ ਡਿਵੈਲਪਮੈਂਟ ਦੇ ਸਰਦਾਰ ਬੈਂਕ ਦੇ ਸੰਨ 2005-2000 ਤੱਕ ਡਾਇਰੈਕਟਰ ਰਹੇ ਅਤੇ ਮੌਜੂਦਾ ਮਾਰਕੀਟਿੰਗ ਸੁਸਾਇਟੀ ਦੇ ਮੌਜੂਦਾ ਚੇਅਰਮੈਨ ਰਹੇ। ਸੋ ਇਹ ਸਾਨੂੰ ਜਿੰਦਾ ਬਿਊਰਾ ਉਸਤਾਦ ਦਰਦਾਰ ਸਿੰਘ ਜੀ, ਮੇਰੇ ਦਾਦਾ ਉਸਤਾਦ ਗੁਰਦੇਵ ਸਿੰਘ ਜੀ ਸ਼ਾਹ, ਬਾਬੂ ਰਮੇਸ਼ ਜੀ ਗੋਪਾਲਪੁਰ ਵਾਲੇ ਇੱਥੇ ਬੈਠੇ ਨੇ, ਇਹਨਾਂ ਦੇ ਪਿਤਾ ਜੀ ਬਾਬੂ ਸੋਹਣ ਲਾਲ ਜੀ, ਇਹ ਤਿੰਨੇ ਅੰਮ੍ਰਿਤਸਰ ਕੋਆਪਰੇਟਿਵ ਬੈਂਕ ਦੇ ਇਕੱਠੇ ਡਾਇਰੈਕਟਰ ਰਹੇ। ਅੱਜ ਇੱਥੇ ਮੈਂ ਧੰਨਵਾਦੀ ਹਾਂ ਆਪਣੇ ਵੱਡੇ ਵੀਰ, ਇੱਕ ਕਰਮਯੋਗੀ ਇਨਸਾਨ ਉਸਤਾਦ ਨਵਜੋਤ ਸਿੰਘ ਜੀ ਸਿੱਧੂ ਕੈਬਨਿਟ ਮੰਤਰੀ ਸਾਹਿਬ ਦਾ, ਉਸਤਾਦ ਸੁਰਿੰਦਰ ਸਿੰਘ ਜੀ ਕੱਥੂ ਦੰਦਲ ਸਾਹਿਬ ਸਾਬਕਾ MLA, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੇਰੇ ਛੋਟੇ ਵੀਰ ਭਗਵੰਤ ਪਾਲ ਸਿੰਘ ਜੀ ਸੱਚਾ ਸਾਹਿਬ ਦਾ, ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਆ ਕੇ ਉਹਨਾਂ ਨੂੰ ਦਰਵਾਸਾ ਦਿੱਤਾ। ਇੰਨਾ ਪਿਆਰ ਇਹਨਾਂ ਨਾਲ ਰਿਹਾ, ਇਹਨਾਂ ਮੈਨੂੰ ਹਮੇਸ਼ਾ ਹੀ ਵੱਡੇ ਭਾਈ ਦੀ ਤਰ੍ਹਾਂ ਪਿਆਰ ਦਿੱਤਾ ਔਰ ਹਰ ਕੰਮ ਦੇ ਵਿੱਚ ਇਹਨਾਂ ਨੂੰ ਸਲਾਹ ਲਈ ਦੀ ਸੀ, ਇਹਨਾਂ ਨਾਲ ਮਾਣ ਸਤਿਕਾਰ ਕਰੀਦਾ ਸੀ। ਮੇਰੀਆਂ ਤਿੰਨਾਂ ਇਲੈਕਸ਼ਨਾਂ ਦੇ ਵਿੱਚ ਮੈਨੂੰ ਪਿਆਰ ਦਿੰਦੇ ਰਹੇ, ਮਦਦ ਕਰਦੇ ਰਹੇ। ਮੈਨੂੰ ਇੱਕ ਗੱਲ ਉਹਨਾਂ ਦੀ ਹਜੇ ਤੱਕ ਨਹੀਂ ਬੋਲਦੀ ਵੀ ਹੈ ਮੈਂ ਕਾਂਗਰਸੀ ਹਾਂ, ਪਰ ਤੇਰੀਆਂ ਗੱਲਾਂ ਕਰਕੇ ਤੇਰੀ ਮਦਦ ਕਰਨ ਨੂੰ ਜੀ ਕਰਦਾ ਔਰ ਬਹੁਤ ਹੀ ਨੇਕ ਇਨਸਾਨ ਸਨ। ਸਾਰੀ ਦੁਨੀਆਂ ਤੋਂ ਸਾਰਿਆਂ ਹੀ ਆਪਾਂ ਤੁਰ ਜਾਣਾ ਵਾ, ਜਿਹੜਾ ਉਹਨਾਂ ਦਾ ਘਾਟਾ ਪਿਆ ਉਹ ਪਿੰਡ ਨੂੰ ਘਾਟਾ ਨਹੀਂ ਪਿਆ, ਸਾਡੇ ਜ਼ਿਲ੍ਹੇ ਦੇ ਪੰਜਾਬ ਦੀ ਸਾਰੀ ਕਾਂਗਰਸ ਨੂੰ ਘਾਟਾ ਪਿਆ ਵਾ। ਮੇਰੇ ਤੋਂ ਪਹਿਲਾਂ ਸਾਰੇ ਸਤਿਕਾਰਯੋਗ ਬੁਲਾਰਿਆਂ ਨੇ, ਸਰਦਾਰ ਜਸਵੀਰ ਸਿੰਘ ਜੀ, ਡਿੰਪਾ ਜੀ ਨੇ, ਸਰਦਾਰ ਇਕਬਾਲ ਸਿੰਘ ਜੀ ਨੇ, ਕਥੁਨਕਲ ਸਾਹਿਬ ਨੇ, ਕੋਈ ਗੱਲ ਅਜੇ ਪਕਾਇਆ ਨਹੀਂ ਛੱਡੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਰਹਿ ਗਈ ਹੋਵੇ। ਸਾਰਾ ਕੁਝ ਦੱਸ ਦਿੱਤਾ ਗਿਆ ਕਿ ਉਹ ਪਿੰਡ ਦੇ ਸਰਪੰਚ ਵੀ ਰਹੇ, ਮੈਂਬਰ ਬਲਾਕ ਸੰਮਤੀ ਰਹੇ, ਲੈਂਡ ਮੌਰਗੇਜ ਬੈਂਕ ਦੇ ਡਾਇਰੈਕਟਰ, ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਸੁਸਾਇਟੀ ਦੇ ਚੇਅਰਮੈਨ। ਕਹਿਣ ਦਾ ਭਾਵ ਕਿ ਵੱਖ ਵੱਖ ਅਹੁਦਿਆਂ 'ਤੇ ਰਹਿ ਕੇ ਉਹਨਾਂ ਨੇ ਬਾਖੂਬੀ ਸੇਵਾ ਨਿਭਾਈ। ਬੜਾ ਲੰਬਾ ਸਮਾਂ ਉਹ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ ਅੱਜ ਉਹਦਾ ਹੀ ਨਤੀਜਾ ਹੈ ਕਿ ਅੱਜ ਮਾਝੇ ਦੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਇੱਥੇ ਪਹੁੰਚੀ ਹੈ। ਅੱਜ ਨੇਕ ਮਾਂ ਦਾ ਦੁੱਧ ਪੀ ਕੇ ਆਪਣੇ ਪੂਰਵਜਾਂ ਦਾ ਆਸ਼ੀਰਵਾਦ ਸਿਰ ਦੇ ਉੱਤੇ ਰੱਖ ਕੇ ਮੈਂ ਵਚਨ ਦਿੰਦਾ ਇਸ ਸਾਧ ਸੰਗਤ ਜੀ ਨੂੰ ਕਿ ਜੋ ਉਹਨਾਂ ਦਾ ਸੁਪਨਾ ਸੀ ਮੂਧਲ ਪਿੰਡ ਲਈ, ਆਪਣੇ ਬੱਚਿਆਂ ਲਈ, ਉਸ ਸੜਕ ਲਈ, ਜੋ ਕੁਛ ਉਹ ਚਾਹੁੰਦੇ ਸੀ ਇਨ ਬਿੰਨ ਪੂਰਾ ਕਰੂੰਗੇ ਅਤੇ ਮਾਂ ਦਾ ਪੁੱਤ ਨਾ ਖਾਂ, ਇਹ ਮੇਰਾ ਵਚਨ ਹੈ ਤੁਹਾਨੂੰ ਸਾਰਿਆਂ ਨੂੰ। ਕਿਉਂਕਿ ਮੈਂ ਕੱਖ ਨਹੀਂ, ਇਹ ਤੁਹਾਡੇ ਪਿਆਰ ਦਾ ਸਦਕਾ, ਬਾਬਾ ਦੀਦਾਰ ਸਿੰਘ ਵਰਗੇ ਦੇ ਆਸ਼ੀਰਵਾਦ ਦਾ ਸਦਕਾ ਹੈ ਕਿ ਸਾਨੂੰ ਇਹ ਤਾਕਤ ਦਿੱਤੀ ਔਰ ਜਿਹਨਾਂ ਨੇ ਤਾਕਤ ਦਿੱਤੀ ਹੈ ਜਦੋਂ ਉਹ ਰੂਹਾਨੀ ਤਾਕਤਾਂ ਕੁਛ ਚਾਹੁੰਦੀਆਂ ਨੇ ਅਤੇ ਫਰਜ ਵੀ ਹੈ, ਧਰਮ ਵੀ ਹੈ ਕਿ ਉਹਨੂੰ ਪੂਰਾ ਕੀਤਾ ਜਾਵੇ। ਮੈਂ ਅੱਜ ਬਹੁਤ ਦੁਖੀ ਹਾਂ, ਜਾਣ ਤੋਂ ਪਹਿਲਾਂ ਮੈਨੂੰ ਹੱਥ ਫੜ ਕੇ ਆਪਣੇ ਪੁੱਤਰ ਨੂੰ ਬੁਲਾ ਕੇ ਉਹਦਾ ਹੱਥ ਮੇਰੇ ਹੱਥ ਦੇ ਵਿੱਚ ਦੇ ਕੇ ਮੈਨੂੰ ਕਹਿੰਦੇ ਜ਼ਿੰਮੇਵਾਰੀ ਤੇਰੀ। ਉਹ ਜਾਣਦੇ ਸੀ ਕਿ ਵਕਤ ਬੜਾ ਥੋੜ੍ਹਾ ਹੈ,
ਤੇ ਮੈਂ ਇਸ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਦਾ, ਉਹਨਾਂ ਦੇ ਪੁੱਤਰ ਨੂੰ ਵੀ ਵਚਨ ਦਿੰਦਾ ਕਿ ਜੋ ਉਹ ਕਹਿ ਕੇ ਗਏ ਸੀ ਉਹ ਆਉਣ ਵਾਲੇ ਸਾਲ ਦੇ ਅੰਦਰ ਅੰਦਰ ਮੈਂ ਪੂਰਾ ਕਰੂੰ। ਇਹਨਾਂ ਸ਼ਬਦਾਂ ਦੇ ਨਾਲ ਮੈਂ ਫੇਰ ਝੁੱਕ ਕੇ ਇਸ ਮਹਾਨ ਸ਼ਖਸੀਅਤ ਨੂੰ ਸ਼ਰਧਾਂਜਲੀ ਦਿੰਦਾ। ਬਾਕੀ ਸਾਰੀ ਸਾਧ ਸੰਗਤ ਜੀ ਨੂੰ ਫੇਰ ਮੈਂ ਫਤਿਹ ਬੁਲਾਉਣਾ ਔਰ ਇਸ ਪੁੰਨਿਆਤਮਾ ਨੂੰ ਸ਼ਰਧਾਂਜਲੀ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।